ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ 3 ਸਾਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੇ 3 ਸਾਲ ਦੀ ਸਰਕਾਰ ਦੇ ਵਿੱਚ ਪੰਜਾਬ ਨੂੰ ਪੈਰਾਂ ਸਿਰ ਖੜਾ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਨੇ, ਜਿਸ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਆ ਗਏ ਨੇ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਕੈਪਟਨ ਸਰਕਾਰ ਨੇ 3 ਸਾਲਾਂ ਵਿੱਚ ਪੰਜਾਬ 'ਚ ਅਜਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ। ਕੈਪਟਨ ਦੇ ਖਿਲਾਫ ਮੋਰਚਾ ਖੋਲਦਿਆਂ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਕਿਸ ਤਰ੍ਹਾਂ ਨਿਸ਼ਾਨੇ ਸਾਧੇ ਨੇ ਸੁਖਬੀਰ ਸਿੰਘ ਬਾਦਲ ਨੇ ਅਤੇ ਕਿਸ ਤਰ੍ਹਾਂ ਕੱਲੇ ਕੱਲੇ ਵਾਅਦੇ ਦੀ ਪੋਲ ਖੋਲੀ ਹੈ, ਤੁਸੀਂ ਖੁਦ ਹੀ ਦੇਖ ਲਓ। ਜਦੋਂ ਕਾਂਗਰਸ ਨੇ ਦੇਖਿਆ ਤੇ ਦੂਜੀਆਂ ਵਿਰੋਧੀਆਂ ਨੇ ਦੇਖਿਆ ਕਿ ਲਗਾਤਾਰ 10 ਸਾਲ ਸਰਕਾਰ ਬਣ ਰਹੀ ਹੈ ਤੇ ਹੁਣ ਅਗਲੇ 5 ਸਾਲ ਵਾਸਤੇ ਵੀ ਤਿਆਰੀ ਹੈ, ਉਦੋਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਆ ਜਿਹੜਾ ਝੂਠਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ, ਸਾਡੇ ਵਰਕਰਾਂ ਉੱਤੇ ਡਰੱਗਸ ਦਾ ਝੂਠਾ ਪ੍ਰਚਾਰ, ਸੈਕਰਲੇਜ ਦਾ ਝੂਠਾ ਪ੍ਰਚਾਰ, ਮਾਈਨਿੰਗ ਦਾ ਝੂਠਾ ਪ੍ਰਚਾਰ, ਫਿਰ ਵੀ ਉਹਨਾਂ ਦੀ ਗੱਲ ਨਹੀਂ ਬਣ ਰਹੀ ਸੀ। ਫਿਰ ਕੈਪਟਨ ਸਾਹਿਬ ਨੇ ਸੋਚਿਆ ਅਤੇ ਇਹਨਾਂ ਦੀ ਜਿਹੜੀ ਕੋਰਟ ਮੀਟ ਹੈ, ਜੋ ਟੀਮ ਹੈ, ਸਾਰਿਆਂ ਨੇ ਬਹਿ ਕੇ ਸੋਚਿਆ ਕਿ ਜਿਸ ਤਰੀਕੇ ਨਾਲ ਕੰਮ ਕੀਤੇ ਬਾਦਲ ਸਾਹਿਬ, ਜਨਤਾ ਨੇ ਫਿਰ ਤੋਂ ਦੇਣੇ ਹੈ। ਆਪਾਂ ਇਹ ਜੇ ਝੂਠ ਬੋਲੀਏ, ਇਹ ਜਿਹੀ ਗੱਲ ਕਰੀਏ ਜਿਹਦੇ ਨਾਲ ਆਪਾਂ ਲੋਕਾਂ ਦਾ ਵਿਸ਼ਵਾਸ ਜਿੱਤ ਸਕੀਏ। ਜਿਹੜੇ ਆਪਣੇ ਦੇਸ਼ਵਾਸੀ ਹੈ ਉਹ ਪਰਮਾਤਮਾ ਦੇ ਨਾਂ 'ਤੇ ਕੋਈ ਸਹੁੰ ਖਾ ਲੈਂਦਾ ਨਾ, ਉਹਨੂੰ ਵਿਸ਼ਵਾਸ ਕਰਦੇ ਆ। ਦੇਖੋ ਕਿੱਡਾ ਵੱਡਾ ਪਾਪ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਹਨੇ ਸੋਚਿਆ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨਾ ਹੈ, ਅਖੀਰਲਾ ਤਿਉਹਾਰ ਵਰਤ ਲਓ। ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਕੀਤੀ, ਆ ਸਾਰੇ ਜਿੰਨੇ ਸੁੱਖੀ ਰੰਧਾਵਾ ਜਾਖੜ ਸਾਰੇ ਨਾਲ ਖੜੇ। ਗੁਟਕਾ ਸਾਹਿਬ ਨੂੰ ਪਹਿਲੀ ਵਾਰ ਕਿਤੇ ਹਿਸਟਰੀ 'ਚ ਮੈਂ ਨਹੀਂ ਦੇਖਿਆ ਕਿਤੇ ਵੀ ਪੋਲੀਟੀਕਲ ਪਾਰਟੀ ਨੇ ਕਿਤੇ ਪੋਲੀਟੀਕਲ ਸਟੇਜ ਉੱਤੇ ਕੋਈ ਇਹ ਜਿਹੀ ਗੱਲ ਕੀਤੀ ਹੋਈ ਜਿਵੇਂ ਕੈਪਟਨ ਨੇ ਕੀਤੀ। ਗੁਟਕਾ ਸਾਹਿਬ ਜੀ ਨੂੰ ਆਪਣੇ ਮੱਥੇ ਨਾਲ ਲਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੱਥ ਕਰਕੇ ਇਹ ਜਿਹੀਆਂ ਝੂਠੀਆਂ ਸਹੁੰਆਂ ਖਾਧੀਆਂ ਕਿ ਲੋਕਾਂ ਦੇ ਮਨ ਵਿੱਚ ਇੱਕ ਉਮੀਦ ਜਾਗ ਪਈ ਕਿ ਆਹ ਸਾਡਾ ਹੋ ਜੂਗਾ। ਸਹੁੰ ਵੀ ਹੈ ਜੀ, ਕਮਿਟਮੈਂਟ ਵੀ ਹੈ ਜੀ ਕਿ ਮੈਂ ਘਰ ਘਰ ਨੌਕਰੀ ਦਊਂਗਾ। ਝੂਠੇ ਫਾਰਮ ਭੇਜ ਦਿੱਤੇ, ਲੋਕਾਂ ਨੂੰ ਭੇਜ ਦਿੱਤੇ ਫਾਰਮ ਭਰਾਈ ਜਾਣ, ਦੱਸ ਤੂੰ ਕਿੰਨਾ ਪੜ੍ਹਿਆ, ਤੈਨੂੰ ਇੰਸਪੈਕਟਰ ਲਾ ਦਾਂਗੇ, ਤੂੰ ਕਿੰਨਾ ਪੜ੍ਹਿਆ, ਤੈਨੂੰ ਕਲਰਕ ਲਾ ਦਾਂਗੇ, ਤੈਨੂੰ ਕਿੰਨਾ ਪੜ੍ਹਿਆ, ਤੂੰ DSP ਲਾ ਦਾਂਗੇ। ਲੋਕਾਂ ਦੇ ਮਨ 'ਚ ਹੈ ਕਿ ਆਹ ਟੈਲੀਫੋਨ ਨੰਬਰ ਵੀ ਦਿੱਤਾ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਫਾਰਮ ਦੇ ਥੱਲੇ ਐਫੀਡੇਵਿਟ ਦਿੱਤਾ, IAS ਸਰਟੀਫਾਈਡ ਕਿ ਮੈਂ ਆਹ ਤੁਹਾਨੂੰ ਜੋਬ ਦਊਂਗਾ। ਆਹ ਇੱਕ ਕਮਿਟਮੈਂਟ ਲੈਵਲ, ਇੰਨਾ ਕੁ ਵੱਡਾ ਲਿਖਤੀ ਕਮਿਟਮੈਂਟ ਲੈਵਲ ਅੱਜ ਤੱਕ ਨਹੀਂ ਬਾਈ ਨੇਮ ਦਿੱਤਾ ਹੋਣਾ ਕਿਸੇ ਵੀ ਸਰਕਾਰ ਦੇ ਪੋਲੀਟੀਕਲ ਲੀਡਰਸ਼ਿਪ ਨੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਨੇ ਲਿਖ ਕੇ ਦਿੱਤਾ। ਕਿਸਾਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਬੈਂਕ ਦਾ ਕਰਜ਼ਾ, ਤੁਸੀਂ ਵੀਡੀਓ ਆਡੀਓ ਤੁਹਾਡੇ ਕੋਲ ਹੈ, ਮੀਡੀਆ ਕੋਲ ਹੈ, ਪਰਮਾਤਮਾ ਦੇ ਚਰਨਾਂ ਸਹੁੰ ਖਾ ਕੇ ਕਿਹਾ ਕਿ ਤੁਹਾਨੂੰ ਕੋਈ ਬੈਂਕ ਦਾ ਕਰਜ਼ਾ, ਆੜ੍ਹਤੀਏ ਦਾ ਕਰਜ਼ਾ, ਕਿਸੇ ਹੋਰ ਦਾ ਕਰਜ਼ਾ ਦੇਣ ਦੀ ਲੋੜ ਨਹੀਂ। ਕੈਪਟਨ ਅਮਰਿੰਦਰ ਸਿੰਘ, ਮੈਂ ਆਪ ਤੁਹਾਡਾ ਕਰਜ਼ਾ ਮੋੜੂੰਗਾ, ਮੈਂ ਤੁਹਾਡਾ ਕਰਜ਼ਾ ਮੋੜੂੰਗਾ, ਘਰ ਘਰ ਨੌਕਰੀ ਦਊਂਗਾ, 5500 ਰੁਪਏ ਸ਼ਗਨ ਦੇ ਦੂੰਗਾ, ਜਾਂ ਇਹ ਕਰੂੰਗਾ ਉਹ ਕਰੂੰਗਾ, ਘਰ ਘਰ ਮੋਬਾਈਲ ਦੇ ਦੂੰਗਾ। ਜੋ ਨੌ ਉਹਨੇ ਮੇਨ ਮੈਨੀਫੈਸਟੋ ਪੁਆਇੰਟ ਬਣਾਏ, ਲੋਕਾਂ ਦੇ ਮਨ 'ਚ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ। ਲੋਕਾਂ ਦੇ ਮਨ, ਜਨਤਾ, ਪੰਜਾਬ ਦੀ ਜਨਤਾ ਦੇ ਮਨ ਵਿੱਚ ਗੱਲ ਬਣੀ। ਕਈ ਸਾਡੇ ਪਾਰਟੀ ਦੇ ਵਰਕਰ ਵੀ, ਲੀਡਰਸ਼ਿਪ ਦੇ ਪਰਿਵਾਰਾਂ ਨੇ ਵੀ, ਕੋਈ ਬੱਚੇ ਸੋਚ ਗਏ ਕਿ ਯਾਰ ਸਾਡਾ ਸਾਰਾ ਕਰਜ਼ਾ ਮਾਫ਼ ਹੋ ਜੂਗਾ, ਕੋਈ 7 ਲੱਖ ਕਰਜ਼ਾ ਸੀ, ਕਿਸੇ 20 ਲੱਖ ਸੀ, ਉਹ ਸਾਰਾ ਮਾਫ਼ ਹੋ ਜੂ। ਪਰ ਕੈਪਟਨ ਸਾਹਿਬ ਦੇ ਅਤੇ ਕਾਂਗਰਸ ਲੀਡਰਸ਼ਿਪ ਦੇ ਮਨ 'ਚ ਚੋਰ ਵਸਿਆ ਸੀ। ਉਹਨਾਂ ਦਾ ਨਿਸ਼ਾਨਾ ਕਲਾ ਸਰਕਾਰ ਬਣਾਉਣਾ ਸੀ, ਕਮਿਟਮੈਂਟ ਪੂਰੀ ਕਰਨਾ ਨਹੀਂ ਸੀ। ਸਰਕਾਰ ਬਣੀ, ਸਾਰਾ ਕੁਛ ਹੀ ਭੁੱਲ ਗਏ।
ਇਹਨਾਂ ਦੇ ਚਿਹਰੇ ਵਿਹਰੇ ਵੀ ਬਦਲ ਗਏ, ਸੋਚ ਵੀ ਬਦਲ ਗਈ। ਮੁੱਖ ਮੰਤਰੀ ਕੈਪਟਨ ਸਾਹਿਬ ਨੇ ਸਹੁੰ ਖਾ ਲਈ, ਮੁੱਖ ਮੰਤਰੀ ਬਣ ਗਏ। ਮੈਨੂੰ ਲੱਗਦਾ ਇੰਨਾ ਨਿਕੰਮਾ ਮੁੱਖ ਮੰਤਰੀ ਅੱਜ ਤੱਕ ਪੰਜਾਬ ਨੂੰ ਨਹੀਂ ਮਿਲਿਆ ਹੁਣ ਜਿੰਨਾ ਕੈਪਟਨ ਸਾਹਿਬ ਹੈ। ਅਤੇ ਮੈਨੂੰ ਦੁੱਖ ਇਸ ਗੱਲ ਦਾ ਅਤੇ ਹੈਰਾਨੀ ਵੀ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਹਲੇ ਤੱਕ ਸ਼ਰਮ ਨਹੀਂ ਆਉਂਦੀ, ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਫਿਰ ਤੋਂ ਝੂਠ। ਬੰਦਾ ਚਲੋ ਫੜਿਆ ਗਿਆ ਝੂਠ, ਕਤਲ ਕਰਦਾ ਫੜਿਆ ਗਿਆ, ਝੂਠ ਕਲ ਕਰ ਗਿਆ, ਅਤੇ ਹੁਣ ਵੀ ਆਪਣੇ ਆਪ ਨੂੰ ਦੁੱਧ ਦਾ ਧੋਤਾ ਸਮਝ ਕੇ ਫਿਰ ਤੋਂ ਪ੍ਰੈਸ ਕਾਨਫਰੰਸ ਕਰ ਰਿਹਾ। ਪ੍ਰੈਸ ਕਾਨਫਰੰਸ ਕਹਿ ਰਹੇ ਹੈ ਕਿ 424 ਸਾਡੇ ਮੈਨੀਫੈਸਟੋ ਆ, ਉਹਨਾਂ ਦਾ ਮੈਨੀਫੈਸਟੋ ਹੈ। ਐਡੀ ਮੋਟੀ ਕਿਤਾਬ ਛਾਪੀ ਕਿ 424 ਕਮਿਟਮੈਂਟਸ ਅਸੀਂ ਕੀਤੀਆਂ, 424 ਵਾਅਦੇ ਕੀਤੇ ਸੀ, 225 ਪੂਰੇ ਕਰਤੇ, 103 ਜਿਹੜੇ ਪੈਂਡਿੰਗ ਹੈ ਅਤੇ 93 ਸ਼ੁਰੂ ਅੱਧੇ ਮਿੱਟੇ ਕੀਤੇ ਹੈ। ਪਰ ਅਫਸੋਸ ਦੀ ਗੱਲ ਹੈ ਅਤੇ ਹੈਰਾਨੀ ਦੀ ਗੱਲ ਹੈ, 424 ਵਿੱਚੋਂ ਇੱਕ ਦਾ ਨਾਂ ਨਹੀਂ ਲਿੱਤਾ ਜਿਹੜਾ ਪੂਰਾ ਕੀਤਾ। ਜਿਹੜੇ ਪੈਂਡਿੰਗ ਹੈ, ਪੈਂਡਿੰਗ ਦਾ ਕੋਈ ਇੱਕ ਨਹੀਂ ਇਗਜ਼ਾਮਪਲ ਦਿੱਤਾ। ਜਿਹੜੇ ਕਮਿਟਮੈਂਟ ਪੂਰੀ ਕਰਨੀ, ਇਗਜ਼ਾਮਪਲ ਕੋਈ ਨਹੀਂ। ਦੇਖੋ ਤੁਸੀਂ ਐਡੀ ਵੱਡੀ ਪ੍ਰੈਸ ਕਾਨਫਰੰਸ ਕਰਕੇ, ਤੁਸੀਂ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਘੱਟ ਤੋਂ ਘੱਟ ਮੈਨੂੰ ਲੱਗਦਾ ਪਿਛਲੇ 3-4 ਦਿਨਾਂ 'ਚ 40-50 ਕਰੋੜ ਦੀ ਤਾਂ ਐਡਵਰਟਾਈਜ਼ਮੈਂਟ ਉਹਨਾਂ ਨੇ ਵੰਡਤੀ ਹੈ ਸਾਰੇ। ਪੰਜਾਬ ਦੀ ਜਨਤਾ ਦਾ ਪੈਸਾ ਝੂਠ 'ਤੇ, ਉਹਨੇ ਝੂਠੀ ਲਿਖਾਈ 'ਤੇ, ਝੂਠੀ ਪ੍ਰੋਪਾਗੰਡਾ 'ਤੇ, ਝੂਠੇ ਜਿਹੜੇ ਤੁਸੀਂ ਉਹਨਾਂ ਦੀ ਜਿਹੜੀ ਐਡ ਵੀ ਆਈ ਹੈ ਉਹ ਵੀ ਫੈਕਚੁਅਲੀ ਰੋਂਗ ਹੈ। ਅਤੇ ਤੁਸੀਂ ਇੱਕ ਗੱਲ ਦੇਖੀ ਹੋਣੀ ਹੈ, ਇਹਨਾਂ ਨੇ ਇੱਕ ਟੀਵੀ ਐਡ ਤੁਸੀਂ ਇਹਨਾਂ ਚਲਾਈ ਹੈ, ਟੈਲੀਵਿਜ਼ਨ NDTV 'ਤੇ ਸਾਰੇ ਚੈਨਲਾਂ 'ਚ ਇਹਨਾਂ ਟੀਵੀ ਐਡ ਚਲਾਈ ਹੈ। ਅਤੇ ਤੁਸੀਂ ਟੀਵੀ ਐਡ ਦੇਖੋਗੇ, ਤੁਸੀਂ ਨੋਟਿਸ ਨਹੀਂ ਕੀਤਾ ਜਾਂ ਹੁਣ ਤੁਸੀਂ ਜਾ ਕੇ ਦੇਖਿਓ, ਸ਼ੁਰੂਆਤ ਕਿੱਥੋਂ ਕਰਦੇ ਹੈ? ਕੈਪਟਨ ਅਮਰਿੰਦਰ ਸਿੰਘ ਦੀ 3 ਸਾਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਸ਼ੁਰੂ ਕਰਦੇ ਹੈ। ਜਿਹੜਾ ਅਸੀਂ ਦਰਬਾਰ ਅੰਮ੍ਰਿਤਸਰ ਵਿੱਚੋਂ ਗੇਟ ਬਣਾਇਆ ਸੀ, ਵੱਡਾ ਐਂਟਰੀ ਗੇਟ, ਉੱਥੋਂ ਦਿਖਾਉਂਦੇ ਆ ਪੰਜਾਬ ਦਾ ਪ੍ਰੋਗਰੈਸ, ਫਿਰ ਦਿਖਾਉਂਦੇ ਆ ਵਿਰਾਸਤ ਮਾਰਗ ਜਿਹੜੀ ਮੈਂ ਬਣਾਈ ਸੀ, ਫਿਰ ਦਰਬਾਰ ਸਾਹਿਬ ਦੀ ਚਾਰੋਂ ਤਰਫ ਅੰਦਰ ਲਾਈਟਿੰਗ ਅਤੇ ਡਿਵੈਲਪਮੈਂਟ ਕੀਤੀ ਸੀ ਉਹ ਦਿਖਾ ਰਹੇ ਹੈ, ਉਹਦੇ ਬਾਅਦ ਬਠਿੰਡਾ ਏਅਰਪੋਰਟ ਦਿਖਾ ਰਹੇ ਹੈ, ਬਠਿੰਡੇ ਏਅਰਪੋਰਟ ਦੀਆਂ ਫਲਾਈਟ ਦਿਖਾ ਰਹੇ ਹੈ, ਫਿਰ ਕੈਪਟਨ ਸਾਹਿਬ ਦੀ ਸਰਕਾਰ ਮੋਹਾਲੀ ਏਅਰਪੋਰਟ ਬਣ ਦਿਖਾ ਰਹੀ ਹੈ, ਫਿਰ ਬਠਿੰਡਾ ਚੰਡੀਗੜ੍ਹ ਸੜਕ ਦਿਖਾ ਰਹੀ ਹੈ। ਕੈਪਟਨ ਸਾਹਿਬ ਘੱਟ ਤੋਂ ਘੱਟ ਦੇਖ ਤਾਂ ਲਿਆ ਕਰੋ। ਉਹ ਬਣਾਈ ਐਡ ਦੇ ਵਿੱਚ ਇੱਕ ਗੱਲ ਕਰਨਾ ਪੈ ਚੁੱਕਿਆ ਕਿ ਸਾਰਾ ਕੁਛ ਅਕਾਲੀਆਂ ਨੇ ਕੀਤਾ, ਅਸੀਂ ਤਾਂ ਇਕੱਲੇ ਦਿਖਾ ਰਹੇ ਹਾਂ। ਆਹ ਪ੍ਰਾਪਤੀ ਇਹਨਾਂ ਦੀ ਦੇਖੋ, ਆਪਣੀ ਚੀਜ਼ ਉਸ ਐਡ 'ਚ 20 ਮਿੰਟਾਂ ਦੇ ਵਿੱਚ, ਇੱਕ ਚੀਜ਼ ਉਹਨਾਂ ਦੀ ਸਰਕਾਰ ਦੀ ਨਹੀਂ ਹੈ, 100% ਸਾਡੀ ਹੈ ਉਹਦੇ 'ਚ ਜਿਹੜੇ ਐਡ ਦਿੱਤੀ ਹੈ। ਹੁਣ ਮੈਂ ਤੁਹਾਨੂੰ, ਕਿਉਂਕਿ ਕੱਲ੍ਹ ਤਾਂ ਉਹਨਾਂ ਨੇ 3 ਘੰਟੇ ਜਾਂ 4 ਘੰਟੇ ਤੁਹਾਡੇ ਨਾਲ ਲਾਏ, ਮੈਨੂੰ ਲੱਗਦਾ ਮੈਂ ਤਾਂ ਤੁਹਾਡੇ ਧੰਨਵਾਦ ਕਰਨਾ ਚਾਹੁੰਦਾ, ਤੁਹਾਡੀ ਵੀ ਦਲੇਰੀ ਆ ਜਿਹੜੇ ਇੰਨੇ 4 ਘੰਟੇ ਤੁਸੀਂ ਝੂਠ ਸੁਣਿਆ। ਨਹੀਂ ਤਾਂ ਬੰਦਾ ਝੂਠ 5 ਮਿੰਟ ਵਾਸਤੇ ਸੁਣ ਸਕਦਾ? ਤੁਸੀਂ ਤਾਂ, ਮੈਂ ਕਹਿੰਦਾ ਤੁਹਾਡੀ ਪੇਸ਼ੈਂਸ, ਅੱਜ ਮੈਂ ਮੰਨ ਗਿਆ ਮੀਡੀਆ ਦੀ ਪੇਸ਼ੈਂਸ ਕਿ ਤੁਸੀਂ 4 ਘੰਟੇ ਝੂਠ ਸੁਣ ਕੇ। ਪਰ ਮੈਂ ਵਧਾਈ ਦੇਣਾ ਚਾਹੁੰਦਾ, ਪਿਛਲੇ 2 ਦਿਨਾਂ ਦੇ ਮੈਂ ਅਖਬਾਰ ਪੜ੍ਹ ਰਿਹਾ, ਜੋ ਸੱਚ ਤੁਸੀਂ ਸਾਹਮਣੇ ਕੀਤਾ, ਜੋ ਉਹਨਾਂ ਦੀ ਕਾਰਜਕਾਰੀ ਵੀ ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ। ਉਹਨਾਂ ਨੇ ਆਪ ਮੰਨ ਲਿਆ। ਹੁਣ ਮੈਂ ਥੋੜ੍ਹੀ ਜਿਹੀ ਗੱਲ ਜਿਹੜਾ ਮੈਂ ਆਮ ਜਨਤਾ ਨੂੰ ਕਹਿਣਾ ਚਾਹੁੰਦਾ, ਜਿਹੜਾ ਮੇਨ ਮੈਨੀਫੈਸਟੋ ਜਿਹੜਾ ਕੀਤਾ ਸੀ ਕਿਸਾਨੀ ਬਾਰੇ, ਉਹਨੇ ਪੂਰਾ ਜ਼ੋਰ ਦਿੱਤਾ ਸੀ ਕਿਸਾਨੀ ਐਂਡ ਖੇਤ ਮਜ਼ਦੂਰ 60% ਆਫ ਪਾਪੂਲੇਸ਼ਨ ਹੈ। 4 ਮੁੱਦਿਆਂ 'ਤੇ ਉਹਨਾਂ ਨੇ ਇਲੈਕਸ਼ਨ ਜਿੱਤਿਆ ਸੀ। ਇੱਕ ਤਾਂ ਸਾਰਾ ਕਰਜ਼ਾ 90,000 ਕਰੋੜ ਰੁਪਇਆ ਮੈਂ ਕਰਜ਼ਾ ਮਾਫ਼ ਕਰੂੰਗਾ, ਨਹੀਂ ਕੀਤਾ ਕੈਪਟਨ ਸਾਹਿਬ ਨੇ। ਫਿਰ ਇੱਕ ਵੱਡੀ ਗੱਲ ਕਹੀ ਸੀ ਉਹਨਾਂ ਨੇ, ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਸੀ, ਉਹਨਾਂ ਨੂੰ ਕਿਹਾ ਸੀ ਕਿ ਮੈਂ 10 ਲੱਖ ਰੁਪਇਆ ਉਹਨਾਂ ਦਊਂਗਾ ਕੈਸ਼, ਇੱਕ ਸਰਕਾਰੀ ਨੌਕਰੀ ਅਤੇ ਉਹਨਾਂ ਦਾ ਸਾਰਾ ਲੋਨ ਵੇਵਰ ਕਰਕੇ ਦਊਂਗਾ। ਕੈਪਟਨ ਸਾਹਿਬ ਦੀ ਕਮਿਟਮੈਂਟ ਸੀ ਇਲੈਕਸ਼ਨ ਦੇ ਦੌਰਾਨ। ਮੈਂ ਕੈਪਟਨ ਸਾਹਿਬ ਨੂੰ ਅਤੇ ਜਾਖੜ ਸਾਹਿਬ ਕਾਂਗਰਸ ਦੇ ਪ੍ਰੈਜੀਡੈਂਟ ਹੈ ਅਤੇ ਕਾਂਗਰਸ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ, ਇੱਕ ਵੀ ਨਾਂ ਦੇ ਦਿਓ ਪੰਜਾਬ ਦੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਸੂਸਾਈਡ ਕੀਤਾ, ਜਿਨ੍ਹਾਂ ਨੂੰ ਤੁਸੀਂ 10 ਲੱਖ ਰੁਪਏ ਦਿੱਤਾ, ਸਰਕਾਰੀ ਨੌਕਰੀ ਦਿੱਤੀ ਹੈ ਅਤੇ ਕਰਜ਼ਾ ਮਾਫ਼ ਕੀਤਾ, ਇੱਕ ਦਾ ਨਹੀਂ ਕੀਤਾ। 90,000 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਅਤੇ ਜਿਹੜਾ ਸੂਸਾਈਡ ਕੀਤੇ ਉਹਨਾਂ ਦੇ ਕੁਛ ਨਹੀਂ ਕੀਤਾ। ਫਿਰ ਇਹਨਾਂ ਨੇ ਫਾਰਮਰ ਪੈਨਸ਼ਨ
ਸਕੀਮ ਕੱਢੀ ਸੀ ਬਿਲਕੁਲ ਨਹੀਂ ਇੰਪਲੀਮੈਂਟ ਕੀਤੀ। ਕ੍ਰੋਪ ਇੰਸ਼ੋਰੈਂਸ 20,000 ਰੁਪਏ ਕਿੱਲਾ ਦੇਵਾਂ, ਗੜੇ ਪਈ ਜਾਂਦੇ ਆ, ਗੜੇ ਪਈ ਜਾਂਦੇ ਆ, ਪਰ 1 ਰੁਪਇਆ ਕੰਪਨਸੇਸ਼ਨ ਨਹੀਂ ਹੈ। ਇੱਥੇ ਉਹਨਾਂ ਨੇ ਕਿਹਾ ਸੀ 20,000 ਰੁਪਇਆ ਏਕੜ ਦੇਵਾਂਗੇ। ਤੁਸੀਂ ਇੱਕ ਹੋਰ ਦੱਸੋ, ਇਹਨਾਂ ਝੂਠ ਨਾਲ ਮੇਰਾ ਛੋਟਾ ਵੀਰ ਫਾਈਨੈਂਸ ਮਿਨਿਸਟਰ ਹੈ, ਉਹ ਵੀ ਵਿਚਾਰਾ ਲਿਖ ਲੈਂਦਾ ਬਜਟ। ਪਿਛਲੀ ਵਾਰ ਬਜਟ ਫਾਈਨੈਂਸ ਮਿਨਿਸਟਰ ਤੇ ਪਿਛਲੇ ਸਾਲ ਬਜਟ ਲਿਖਿਆ ਸੀ 3,000 ਕਰੋੜ ਰੁਪਇਆ ਅਸੀਂ ਕਰਜ਼ਾ ਵੇਵ ਕਰਾਂਗੇ ਲਾਸਟ ਈਅਰ 'ਚ, 1 ਰੁਪਇਆ, 0 ਡਿਸਪਰਸਮੈਂਟ। ਵੱਡੀ ਗੱਲ ਕੱਲਿਆ ਤਾਂ ਕਰਜ਼ਾ ਜਿਹੜਾ ਮਾਫ਼ ਕੀ ਗਿਣਾ ਸੀ, ਜਿਹੜੇ ਕਿਸਾਨਾਂ ਤੋਂ ਇਹਨਾਂ ਨੇ ਫਸਲਾਂ ਚੱਕੀਆਂ ਗੰਨੇ ਦੀ, ਕਿਸਾਨਾਂ ਦਾ ਹੱਕ ਹੈ ਕਿ ਉਹਨੇ ਫਸਲ ਸਰਕਾਰ ਨੂੰ ਵੇਚੀ ਹੈ, 450 ਕਰੋੜ ਰੁਪਇਆ ਅੱਜ ਵੀ ਗੰਨੇ ਵਾਲੇ ਕਿਸਾਨਾਂ ਦਾ ਉਹਨਾਂ ਨੇ ਅੱਜ ਤੱਕ ਨਹੀਂ ਦਿੱਤਾ। ਵਿਚਾਰੇ ਆਪਣੇ 2-2 ਸਾਲ ਹੋ ਗਏ ਫਸਲ ਵੇਚੀ ਨੂੰ, ਪਰ ਇੱਕ ਨਹੀਂ ਕੀਤਾ। ਹੁਣ ਮੈਂ ਨੌਜਵਾਨਾਂ ਦੀ ਗੱਲ ਕਰਦਾ, ਦੂਜਾ ਉਹਨਾਂ ਦਾ ਮੇਨ ਫੋਕਸ ਇਲੈਕਸ਼ਨ ਜਿੱਤਣ ਤੋਂ ਪਹਿਲੇ ਸੀ ਨੌਜਵਾਨ, ਘਰ ਘਰ ਨੌਕਰੀ। ਟੋਟਲ ਪੰਜਾਬ ਵਿੱਚ 50 ਲੱਖ ਹਾਊਸ ਹੋਲਡਸ ਹੈ, ਇਹਦਾ ਮਤਲਬ ਉਹਨਾਂ ਨੇ 50 ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕੈਪਟਨ ਸਾਹਿਬ ਸ਼ਰਮ ਕਰੋ, ਹੁਣ ਤੁਸੀਂ ਕੱਲ੍ਹ ਬਿਆਨ ਕਰਦੇ ਹੋ ਕਿ ਅਗਲੇ 2 ਸਾਲ 'ਚ ਮੈਂ 1 ਲੱਖ ਦਊਂਗਾ, ਅਤੇ ਝੂਠ ਕੀ ਬੋਲਦੇ ਪਹਿਲੇ? ਕਿਤੇ ਰੋਜ਼ ਅਖਬਾਰ ਇਸ਼ਤਿਹਾਰ ਦਿੰਦੇ ਕਿ 12 ਲੱਖ, 12 ਲੱਖ ਦਾ ਇਸ਼ਤਿਹਾਰ ਦਿੱਤਾ, 12 ਲੱਖ ਦੇ ਇਸ਼ਤਿਹਾਰ ਦੇ ਖਿੱਚੇ। ਜੇ ਤੁਸੀਂ ਘਰੇ ਆਪਣਾ ਲਾਂਗਰੀ ਰੱਖੋਗੇ, ਉਹ ਵੀ ਕੈਪਟਨ ਸਾਹਿਬ ਕਹਿੰਦਾ ਮੈਂ ਰਖਾਇਆ,